ਅੱਜ ਅਸੀਂ ਤੁਹਾਨੂੰ ਪਠਾਨਕੋਟ ਦੇ ਇੱਕ ਅਜਿਹੇ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਜਾ ਰਿਹਾ ਜਿਸ ਗੁਰਦੁਆਰਾ ਸਾਹਿਬ ਨੂੰ ਇੱਕ ਵਾਰ ਦੇਖ ਕੇ ਤੁਸੀਂ ਸਿੱਖ ਇਤਿਹਾਸ ਨੂੰ ਪੂਰੀ ਤਰ੍ਹਾਂ ਜਾਣ ਜਾਓਗੇ। ਇੱਥੇ 1992 ਵਿੱਚ ਟਾਲੀ ਸ਼ਹਿਰਾ ਤੋਂ ਨਾਲ ਬੰਦਾ ਤੋਂ ਗਈ ਸੀ ਬਾੜ ਸਾਹਿਬ ਦੀ ਮੱਸਿਆ ਨਹਾਉਣ ਵਾਸਤੇ 10 ਮਾਰਚ ਨੂੰ। ਜਦੋਂ ਵਾਪਸ ਆਈ ਹੈ ਇੱਥੇ ਆ ਕੇ ਟਾਲੀ ਦੀ ਹੁੱਕ ਖੁੱਲ੍ਹ ਗਈ ਹੈ ਅਤੇ ਟਾਲੀ 'ਚ ਟਰੈਕਟਰ ਸਮੇਤ ਪੁੱਠੇ ਡਿੱਗ ਪਏ ਵਿੱਚ। ਉਹਦੇ ਵਿੱਚ 56 ਬੰਦੇ ਆਏ ਸੀ ਯਾਤਰੀ, ਜਿਨ੍ਹਾਂ ਵਿੱਚੋਂ 5 ਬਚੇ ਸੀਗੇ, ਬਾਕੀ ਸਾਰੇ ਮਰ ਗਏ। ਇਹ 92 ਦਾ ਸੀ ਕੇਸ ਹੈ। ਮੈਂ ਆਇਆ ਸੀ ਚੰਡੀਗੜ੍ਹ ਤੋਂ, ਮਹਾਂਪੁਰਖ ਨੇ ਮੈਨੂੰ ਭੇਜਿਆ ਸੀਗਾ ਅਤੇ ਇੱਥੇ ਸਾਰਾ ਜੰਗਲ ਸੀਗਾ। ਮੈਂ 97 ਆਇਆ ਸੀਗਾ ਇੱਥੇ। ਹਾਂ, ਉਹਦੇ 'ਚ ਕੁਛ ਨਹੀਂ ਸੀਗਾ, ਖੱਡੇ ਸੀਗੇ ਬਹੁਤ ਜ਼ਿਆਦਾ, ਹੋਰ ਜੰਗਲ ਬਹੁਤ ਸੀ ਜ਼ਿਆਦਾ, ਹੋਰ ਮਲੇ ਬੜੇ ਸਨ, ਛਿੱਤਰ ਥੋੜ੍ਹਾਂ ਬਹੁਤ ਸਨ। ਬਹੁਤ ਔਖਾ ਸੀ ਇੱਥੇ, ਬਿਲਕੁਲ ਥੋੜ੍ਹਾ ਜਿਹਾ ਥਾਂ ਸਮਾਂ ਸਾਫ਼ ਕਰਕੇ ਫਿਰ ਅਸੀਂ ਇੱਥੇ ਬੈਠੇ ਸੀਗੇ। ਚਲੋ ਉੱਥੇ ਹੀ ਸੌਂਦੇ ਹੁੰਦੇ, ਥੱਲੇ ਹੀ ਸੌਂਦੇ ਸੀਗੇ। ਸੱਪ ਬੜੇ ਸੀਗੇ, ਬਿੱਛੂ ਬੜੇ ਸੀਗੇ, ਬੜੇ ਲੜਦੇ। ਚਲੋ ਮਾਲਕ ਨੇ ਕਿਰਪਾ ਰੱਖੀ, ਆਸਤਾ ਆਸਤਾ ਫਿਰ ਥੋੜ੍ਹਾ ਸਾ ਕੰਮ ਸ਼ੁਰੂ ਕੀਤਾ, ਉਹ ਸੰਗਤ ਜੁੜਨ ਲੱਗੀ। ਥੋੜ੍ਹਾ ਥੋੜ੍ਹਾ ਬਈ ਛੋਟਾ ਜਿਹਾ ਗੁਰਦੁਆਰਾ ਬਣਾਇਆ ਇੱਕ ਕਮਰੇ ਦਾ, ਉਹਦੇ 'ਚ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਔਰ ਉਹ ਕਾਫੀ ਦਿਨ ਰਿਹਾ, ਤਕਰੀਬਨ ਕਾਫੀ ਰਿਹਾ, ਤਕਰੀਬਨ 10 ਸਾਲ 10 ਤੱਕ ਪਾਇਆ। ਫਿਰ ਇੱਥੇ ਆਉਣਾ ਜਾਣਾ ਬਹੁਤ ਔਖਾ ਸੀਗਾ, ਲੋਕ ਡਰਦੇ ਬੜੇ ਸਨ, ਸੜਕ ਦੇ ਹਾਦਸੇ ਬੜੇ ਹੁੰਦੇ ਸਨ, ਬਹੁਤ ਦੁਨੀਆ 'ਚ ਚੋਰੀਆਂ ਹੁੰਦੀਆਂ ਸੀ ਇੱਥੇ, ਇਸ ਕਰਕੇ ਇੱਧਰ ਕੋਈ ਆਉਂਦਾ ਹੀ ਨਹੀਂ ਸੀਗਾ। ਕੋਈ ਵੀ ਨੌਕਰੀ ਵਾਲਾ ਫੌਜੀ ਬੰਦਾ ਜੇ ਆਇਆ ਤਾਂ ਉਹਨੇ ਸਟੇਸ਼ਨ 'ਤੇ ਰਾਤ ਕੱਟਣੀ, ਫਿਰ ਸਵੇਰੇ ਘਰਦਿਆਂ ਨੇ ਲੈਣ ਆਉਣਾ, ਫਿਰ ਉਹਨੇ ਜਾਣਾ। ਇੰਨੀ ਦਹਿਸ਼ਤ ਸੀ ਇੱਥੇ ਇਸ ਧਰਤੀ 'ਤੇ, ਅਤੇ ਸਾਨੂੰ ਵੀ ਔਖਾ ਹੀ ਹੋਇਆ ਕੰਮ ਬਹੁਤ ਜ਼ਿਆਦਾ। ਫਿਰ ਮਹਾਰਾਜ ਕਿਰਪਾ ਕੀਤੀ, ਆਸਤਾ ਤਾਂ ਕੰਮ ਚੱਲਿਆ, ਥੋੜ੍ਹਾ ਗੁਰਦੁਆਰਾ ਇੱਕ ਛੋਟਾ ਜਿਹਾ ਬਣ ਗਿਆ, ਕੀਰਤਨ ਸ਼ੁਰੂ ਹੋ ਗਿਆ, ਸੰਗਤ ਕੋਲ ਜੁੜਨ ਲੱਗੀ ਆਸਤਾ ਆਸਤਾ। ਤਾਂ ਫਿਰ ਬਈ ਵੱਡਾ ਗੁਰਦੁਆਰਾ ਹੀ ਬਣਾਉਣ ਦੀ ਪਲੈਨਿੰਗ ਬਣੀ, ਪਹਿਲਾਂ ਬਰਾਂਡਾ ਬਣਾਇਆ, ਫਿਰ ਗੁਰਦੁਆਰਾ ਸਾਹਿਬ ਬਣਾਉਣਾ ਕੀਤਾ ਛੋਟਾ ਜਿਹਾ। ਇਸ ਤਰ੍ਹਾਂ ਫਿਰ ਥੋੜ੍ਹਾ ਥੋੜ੍ਹਾ ਚੱਲਦਿਆਂ ਚੱਲਦਿਆਂ ਸਾਰੀ ਸਾਫ਼ ਸਫਾਈ ਹੋ ਗਈ। ਇੰਨੇ ਚਿਰ ਨੂੰ ਸਾਰਾ ਦਿਨ ਵੱਢੀ ਜਾਣਾ, ਅੱਕ ਵੱਢੀ ਜਾਣੀ, ਛਿੱਤਰ ਥੋੜ੍ਹਾ ਵੱਢੀ ਜਾਣੀ, ਮਲੇ ਵੱਢੀ ਜਾਣੇ, ਸੁੱਕ ਜਾਣੇ, ਫਿਰ ਸਾਰਾ ਉਹਨੂੰ ਅੱਗ ਲਾਉਣੀ, ਤਾਂ ਪੱਧਰਾ ਹੋ ਕੇ ਹੋਇਆ। ਫਿਰ ਇੱਥੇ ਬਹੁਤ ਭਰਤ ਪਏ ਹਨ, ਭਰਤ ਬਹੁਤ ਪਿਆ ਇੱਥੇ। ਹਾਂ 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 ਜੀ। ਫਿਰ ਆਸਤਾ ਆਸਤਾ ਜਦੋਂ ਕੰਮ ਚੱਲਿਆ, ਗੁਰਦੁਆਰਾ ਸਾਹਿਬ ਬਣ ਗਿਆ, ਬਣਨ ਤੋਂ ਬਾਅਦ ਫਿਰ ਪਰਮੇਸ਼ਰ ਨੇ ਕੋਈ ਸੋਚ ਬਖਸ਼ੀ ਅਤੇ ਬਈ ਇੱਥੇ ਆਪਾਂ ਸ਼ਹੀਦਾਂ ਦੀਆਂ ਯਾਦਾਂ ਬਣਾਈਏ, ਕਿਉਂਕਿ ਇੱਥੇ ਜੰਗ ਹੋਇਆ ਸੀਗਾ, ਉਹ ਦਿਸਦਾ ਪਿਆ ਸੀਗਾ, ਉਹ ਘੁੰਮਦੇ ਸੀਗੇ ਸ਼ਹੀਦਾਂ ਸ਼ਹੀਦ ਸਿੰਘ। ਅਤੇ ਜਦੋਂ ਅਕੈਡਮੀ ਦੀਆਂ ਟੁੱਟੀਆਂ ਸੀ ਨੀਹਾਂ, ਉਹਦੇ 'ਚ ਖੋਪਰੀਆਂ, ਤਲਵਾਰਾਂ, ਬਰਛੀਆਂ ਨਿਕਲੀਆਂ, ਕੁਝ ਰੱਖੀਆਂ ਹੋਈਆਂ ਸਾਡੇ ਕੋਲ ਹੈਗੀਆਂ ਨਿਕਲੀਆਂ, ਫਿਰ ਵੀ ਸਿੱਧ ਹੋ ਗਿਆ ਕਿ ਇੱਥੇ ਵੀ ਜੰਗ ਹੋਇਆ, ਕੋਈ ਜੰਗ ਹੋਇਆ, ਸਿੱਖਾਂ ਦੇ ਨਿਸ਼ਾਨ ਕੜੇ ਮਿਲੇ। ਇਸ ਕਰਕੇ ਫਿਰ ਵੀ ਸੋਚਿਆ ਹੁਣ ਇਹਨਾਂ ਦਾ ਇਤਿਹਾਸ ਬਣਾਓ ਇੱਥੇ, ਇਹੋ ਹੀ ਕਾਰਨ ਹੈ ਇੱਥੇ ਵੀ ਇੰਨੇ ਹਾਦਸੇ ਹੁੰਦੇ ਪਏ। ਅਸੀਂ ਸ਼ੁਰੂ ਕੀਤਾ, ਫਿਰ 6 ਸਾਲ ਲੱਗ ਗਏ ਮੂਰਤੀਆਂ ਬਣਾਉਣ ਵਿੱਚ। ਕਰਨਾਟਕਾ ਤੋਂ ਪਾਰਟੀ ਮੰਗਵਾਈ ਸੀ, ਕਰਨਾਟਕਾ ਤੋਂ
ਉਹਨਾਂ ਨੇ ਫਿਰ ਸਾਰੀਆਂ ਮੂਰਤੀਆਂ ਬਹੁਤ ਮਹਿੰਗੀਆਂ ਮੂਰਤੀਆਂ ਨੇ, ਇੱਕ ਆਦਮੀ ਬਖੜੇ ਦੀ ਜਿਹੜੀ ਆ ਉਹ 70,000 ਦੀ ਹੈ, ਘੋੜਾ ਜਿਹੜਾ 1,00,000 ਦਾ ਬਣਿਆ ਹੋਇਆ, ਜਿਹਦੇ 'ਤੇ ਸਵਾਰ ਹੈ ਤਾਂ 1,50,000 ਦਾ, ਇੰਨਾ ਪੈਸਾ। ਸਾਰੀਆਂ ਫਾਈਬਰ ਦੀਆਂ ਨੇ, ਨਾ ਇਹਨਾਂ ਨੂੰ ਤੇੜ ਆਉਣੀ ਹੈ, ਨਾ ਇਹਨਾਂ ਨੂੰ ਖਰਾਬ ਹੋਣਾ ਹੈ, ਨਾ ਇਹਨਾਂ ਨੂੰ ਗਲਣਾ ਹੈ, ਰਿਪੇਅਰ ਕੋਈ ਨਹੀਂ ਇਹਨਾਂ ਦੀ। ਹਾਂ, 5-4 ਸਾਲ ਬਾਅਦ ਇਹਨਾਂ ਪੇਂਟ ਕਰਨਾ ਪੈਂਦਾ, ਰੀਪੇਂਟ ਕਰਨਾ ਪੈਂਦਾ, ਬਸ ਹੋਰ ਇਹਨਾਂ ਹੁਣ ਕੋਈ ਖਰਚਾ ਨਹੀਂ। ਇਹਨਾਂ ਕਰਕੇ ਸੰਗਤ ਬਹੁਤ ਹੁਣ ਜੁੜ ਗਈ, ਜਿੱਥੇ ਆ ਕੇ ਆਉਂਦੇ ਲੋਕ ਬਹੁਤ, ਜੰਮੂ ਕਸ਼ਮੀਰ ਤੋਂ ਆਉਂਦੇ ਬਹੁਤ, ਡੇਰੇ ਬਾਬੇ ਨਾਨਕ ਤੱਕ ਬਹੁਤ ਸਾਰੀ ਸੰਗਤ, ਬਹੁਤ ਸੰਗਤ ਜੁੜ ਗਈ ਹੈ, ਆਉਂਦੀ ਪਈ ਹੈ। ਤਾਂ ਇਹ ਸੀ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਦਾ ਇਤਿਹਾਸ, ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਸਿੱਖ ਇਤਿਹਾਸ ਨੂੰ ਦਰਸਾਉਣ ਦੇ ਲਈ ਮੂਰਤੀਆਂ ਬਣਾਈਆਂ ਗਈਆਂ ਹਨ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।